ਉਹ ਅੱਜ ਆਪਾਂ ਗੱਲ ਕਰਾਂਗੇ ਇੱਕ ਸਿਮਨ ਆਇਆਗਾ এবੀਐਸ ਦਾ ਜਿਹੜਾ ਆਪਾਂ 200 ਰੁਪਏ ਦੇ ਵਿੱਚ ਪਰਚੇਜ਼ ਕਰ ਸਕਦੇ ਆਂਗੇ ਉਹ ਹੈਗਾ ਸੈਕਟ ਸਿਮਨ ਤੇ ਉਹ ਆਪਾਂ ਨੂੰ ਕਿਹੜੀਆਂ ਧਾਮਾਂ ਦੇ ਲਗਵਾਉਣਾ ਚਾਹੀਦਾਗਾ ਹੀਫਰਾਂ ਦੇ ਲਗਵਾਉਣਾ ਚਾਹੀਦਾ ਜਾਂ ਨਹੀਂ ਉਹਦੇ ਕੀ ਬੈਨੀਫਿਟਸ ਨੇ ਜੇ ਆਪਾਂ ਇਹ ਸਿੱਧਾ ਡਾਇਰੈਕਟ এবੀਐਸ ਤੋਂ ਲਵਾਂਗੇ ਤਾਂ ਉਹ 1500 ਰੁਪਏ ਸੈਕਟ ਸਿਮਨ ਦਾ ਪ੍ਰਾਈਸ ਤੇ 10 ਸਟਰਾ ਹੁੰਦੇ ਨੇਗੇ ਤੇ ਉਹਦੇ ਵਿੱਚੋਂ ਚਾਂਸ ਕਿੰਨੇ ਨੇਗੇ ਫੀਮੇਲ ਆਉਣ ਦੇ ਵੀ ਇਹ ਇਹ ਨਹੀਂ ਹੈਗਾ ਵੀ ਆਪਾਂ ਸਾਰੀਆਂ ਗਾਵਾਂ ਜਾਂ ਹੀਫਰਾਂ ਦੇ ਇਹ ਲਗਵਾਉਣਾਗਾ ਐਦਾਂ ਤੁਸੀਂ ਨਹੀਂ ਕਰਨਾ ਹੈਗਾ ਇੱਕ ਵੀਰਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਕਿ ਕਹਿੰਦੇ ਵੀ ਸਾਡੀਆਂ ਜਿਹੜੀਆਂ ਗਾਵਾਂ ਨੇਗੀਆਂ ਵੀ ਉਹ ਜਿਹੜਾ ਸੈਲ ਜਾਗਾ ਘੱਟ ਖਾ ਰਹੀਆਂ ਨੇਗੀਆਂ ਤੇ ਵੀ ਕਿੰਨੇ ਦਿਨਾਂ ਤਿੰਨਾਂ ਨੂੰ ਜਿਹੜੀ ਫੀਡ ਹੈਗੀ ਦੇਣੀ ਚਾਹੀਦੀ ਹੈਗੀ ਕਿ ਕਿੰਨਾ ਟਾਈਮ ਦੁੱਧ ਭਲਿਆਉਣਾ ਚਾਹੀਦਾ ਤਾਂ ਜੋ ਉਹਨਾਂ ਦੀ ਗਰੋਥ ਹੈ ਜਿਹੜੀ ਚੰਗੀ ਹੋਵੇ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਇੱਕ ਸਿਮਨ ਆਇਆਗਾ এবੀਐਸ ਦਾ ਜਿਹੜਾ ਆਪਾਂ 200 ਰੁਪਏ ਦੇ ਵਿੱਚ ਪਰਚੇਜ਼ ਕਰ ਸਕਦੇ ਆਂਗੇ ਉਹ ਹੈਗਾ ਸੱਜ ਸਿਮਨ ਮਤਲਬ 200 ਰੁਪਏ ਦਾ ਉਹਦੀ ਆਪਾਂ ਪੂਰੀ ਜਾਣਕਾਰੀ ਦਵਾਂਗੇ ਉਹ ਕਿੱਥੋਂ ਮਿਲਦਾਗਾ ਤੇ ਉਹ ਆਪਾਂ ਨੂੰ ਕਿਹੜੀਆਂ ਗਾਮਾਂ ਦੇ ਲਗਵਾਉਣਾ ਚਾਹੀਦਾਗਾ ਹੀਫਰਾਂ ਦੇ ਲਗਵਾਉਣਾ ਚਾਹੀਦਾ ਜਾਂ ਨਹੀਂ ਉਹਦੇ ਕੀ ਬੈਨੀਫਿਟਸ ਨੇਗੇ ਉਹਦੀ ਆਪਾਂ ਤੁਹਾਨੂੰ ਸਾਰੀ ਡਿਟੇਲ ਦੱਸਾਂਗੇ ਤੇ ਪ੍ਰਾਪੋ ਜਿਹੜਾ ਇਹ ਸੈਕਟ ਸੀਮਨ ਆਇਆਗਾ এবੀਐਸ ਦਾ ਇਹ ਸਰਕਾਰੀ ਹਸਪਤਲਾਂ ਦੇ ਵਿੱਚ ਆਇਆਗਾ ਸਰਕਾਰ ਨੇ ਪਰਚੇਜ ਕੀਤਾਗਾ ਇਹ ਸਿਰਫ ਆਪਾਂ ਨੂੰ ਮਤਲਬ ਸਰਕਾਰੀ ਜਿਹੜੇ ਹਸਪੀਟਲ ਲੇਗੇ ਉੱਥੇ ਹੀ ਮਿਲ ਸਕਦਾਗਾ ਜਿਹੜਾ ਪ੍ਰਾਈਸ ਆ ਉਹ ਹੈਗਾ 200 ਰੁਪਏ ਸੈਕਟ ਸੀਮਨ ਦਾ ਪ੍ਰਾਈਸ ਆ ਜਿਹੜਾ 200 ਰੁਪਏ ਆਗਾ ਬਾਕੀ ਜਿਹੜੀ ਡਾਕਟਰ ਦੀ ਫੀਸ ਹੋਊਗੀ ਉਹ ਆਪਣੀ ਅਲੱਗ ਤੋ ਆਗੀ ਪਰ ਜਿਹੜਾ ਸੀਮਨ ਦਾ ਪ੍ਰਾਈਸ ਆ ਉਹ 200 ਰੁਪਏ ਆਗਾ ਆਪਾਂ ਤੁਹਾਨੂੰ ਇਹਦੀ ਸਾਰੀ ਡਿਟੇਲ ਦੱਸ ਦਿੰਨੇ ਆ ਕਿ ਇਹਦੇ ਬਾਰੇ ਤੇ ਇਹ ਪ੍ਰਭੂ এবੀਐਸ ਦਾ ਜਿਹੜਾ ਰੋਡਿਓ ਸੀਮਨਾਂਗਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਆਇਆ ਹੈਗਾ ਜਿਹਦੀ 200 ਰੁਪਿਆ ਪ੍ਰਾਈਸ ਆ ਗਈ ਜੇ ਆਪਾਂ ਇਹ ਸਿੱਧਾ ਡਾਇਰੈਕਟ এবੀਐਸ ਤੋਂ ਲਵਾਂਗੇ ਤਾਂ ਉਹ 1500 ਰੁਪਿਆ ਸੈਕਟ ਸੀਮਨ ਦਾ ਪ੍ਰਾਈਸ ਆ। ਆਪਾਂ ਆ ਸਿੰਪਲ ਲਵਾਂਗੇ ਸਿੰਪਲ ਵੀ ਲਗਭਗ ਉਹਦਾ ਜਿਹੜੀ ਪ੍ਰਾਈਸ ਹੈਗਾ ਉਹ 500 ਰੁਪਿਆ ਹੈਗਾ। ਤੇ ਇਹਦੇ ਵਿੱਚ ਕੀ ਹੈਗਾ ਵੀਰੋ ਜਿੱਦਾਂ ਹੁਣ ਇਹ ਸੈਕਟ ਸੀਮਨਾਂਗਾ ਇਹਦੇ ਵਿੱਚ ਜਿਵੇਂ ਇੱਕ ਪੈਪਲੇਟ ਆਉਂਦੀ ਹੈਗੀ ਜਿਵੇਂ 10 ਸਟਰਾ ਹੁੰਦੇ ਨੇਗੇ ਤੇ ਉਹਦੇ ਵਿੱਚੋਂ ਚਾਂਸ ਕਿੰਨੇ ਨੇਗੇ ਫੀਮੇਲ ਆਉਣ ਦੇ? ਤੇ ਉਹਦੇ ਵਿੱਚੋਂ ਵੀਰੋ 10 ਜਿਹੜੇ ਸਟਰੋ ਹੋਣਗੇ ਫੀਮੇਲ ਆਉਣ ਦੇ ਚਾਂਸ ਨੇਗੇ ਉਹ ਹੈਗੇ ਨੇ 60% ਮਤਲਬ 40% ਚਾਂਸ ਨੇਗੇ ਮੇਲ ਆਉਣ ਦੇ ਜੇ ਮੈਂ 10 ਸਟਰੋ ਆਉਣੇਗੇ 10 ਦੇ ਵਿੱਚੋਂ ਆਪਾਂ ਇਹ ਕਹਿ ਸਕਦੇ ਹਾਂਗੇ ਵੀ 6 ਫੀਮੇਲ ਲੰਗੇ 4 ਮੇਲ ਆਉਣ ਦੇ ਚਾਂਸ ਹੁੰਦੇ ਨੇਗੇ ਪਰ ਜ਼ਰੂਰੀ ਨਹੀਂ ਹੈਗਾ ਵੀ 4 ਮੇਲ ਆਉਣਗੇ ਹੋ ਸਕਦਾ ਸਾਰੇ ਫੀਮੇਲ ਆ ਜਾਣ ਪਰ ਆਪਾਂ ਤੁਹਾਨੂੰ ਇੱਕ ਇਹ ਗਾਈਡਨੈਸ ਦੱਸ ਰਿਆਂਗੇ ਵੀ ਚਾਰ ਆ ਸਕਦੇ ਨੇਗੇ ਜੇ ਆਪਾਂ ਡਾਇਰੈਕਟ ਲੈਣੇ ਹੈਗੇ ਏਬੀਐਸ ਤੋਂ ਤਾਂ ਉਹਦੇ ਵਿੱਚ ਵੀ ਰੋ ਹੁੰਦਾ ਹੈ ਕਿ ਇੱਕ ਬੱਚਾ ਮੇਲ ਆ ਸਕਦਾ ਹੈ 10 ਦੇ ਪਿੱਛੇ ਤੇ ਇਹ ਵੀ ਉਹ ਤਾਂ ਮੈਂ ਤੁਹਾਨੂੰ ਦੱਸ ਰਿਆਂ ਕਿਉਂਕਿ 2019 ਦੇ ਵਿੱਚ ਵੀ ਮੈਂ ਇਦਾਂ ਮਤਲਬ ਸੈਮਨ ਪਰਚੇਜ਼ ਕੀਤੇ ਸੀਗੇ ਜਿਦੇ ਵਿੱਚ 10 ਸਟਰਾਂ ਦੇ ਪਿੱਛੇ ਮਤਲਬ ਤਿੰਨ ਮੇਲ ਆਏ ਸੀਗੇ ਤੇ ਇਹ ਕੋਈ ਫੈਕਟ ਹੋਣਾ ਮੈਨੂੰ ਇਹ ਪਤਾ ਨਹੀਂ ਹੈਗਾ ਵੀਰ ਉਹ ਕੀ ਗੱਲ ਆ ਕਿ ਕਿਉਂ ਆਂਦੇ ਨੇਗੇ ਪਰ ਸਟਰਾ ਉਹ ਰੀਜਨਲ ਹੁੰਦਾਗਾ ਕਿਉਂਕਿ ਜੋ ਉਹਦੇ ਉੱਪਰ ਲਿਖਿਆ ਹੁੰਦਾਗਾ ਮਤਲਬ ਸੀਰੀਅਲ ਨੰਬਰ ਵੀ ਪਾਇਆ ਹੁੰਦਾਗਾ ਤੁਸੀਂ ਪਾ ਕੇ ਦੇਖ ਸਕਦੇ ਹੋ ਕਿਉਂਕਿ ਮੈਂ ਸਾਰੀ ਮਤਲਬ ਇਨਫੋਰਮੇਸ਼ਨ ਚੈੱਕ ਕੀਤੀ ਸੀ ਕਿ ਮੈਂ ਇੱਕ ਦੋ گاਵਾਂ ਦੇ ਜਿਹੜਾ SIM ਨਾਗਾ ਉਹ ਪ੍ਰਭਾਉਂਗਾ ਇੱਕ ਤੇ ਮੈਂ ਆਲਰੇਡੀ ਪ੍ਰਭਾ ਲਿਆ ਤੇ ਇੱਕ ਦੋ ਦੇ ਹੋਰ ਲਗਵਾਉਂਗਾ ਤੇ ਮੈਂ ਉਹਦੇ ਉੱਤੇ ਜੋ ਇਨਫੋਰਮੇਸ਼ਨ ਦਿੱਤੀ ਹੋਈ ਸੀ ਕਿ ਮੈਂ ਸਾਰੀ Google ਦੇ ਉੱਤੇ ਭਰੀ ਹੈਗੀ ਤੇ ਬਿਲਕੁਲ ਸਹੀ ਸੀਗਾ ਉਹ ਆਪਾਂ ਹੁਣ ਵੈਸੇ ਗੱਲ ਕਰੀਏ ਨਾਰਮਲੀ ਜੇ ਆਪਾਂ ਵੈਸੇ ਸਿੰਪਲ ਸਟਰਾ ਲਵਾਂਗੇ ਦੇਖੋ ਉਹ ਵੀ 2-2 3-300 ਰ ਤੇ ਉਹਦੇ ਨਾਲ ਉਹ ਵੈਟਰ ਆਗਾ ਕਿ ਤੁਸੀਂ ਇਹ ਲਗਵਾਵੋ ਤਿੰਨ ਨਾਲੇ ਤਾਂ ਜਿਹੜੀ ਨਸਲ ਸੁਧਾਰ ਕਹਿ ਸਕਦੇ ਆ ਆਪਾਂ ਬਰੀਡ ਕਹਿ ਸਕਦੇ ਆਗੇ ਉਹ ਆਪਣੇ ਕੋਲ ਬਣੂਗੀ ਰਿਜ਼ਲਟ ਵੀ ਚੰਗਾ ਆਏਗਾ ਇਹਦਾ ਤੇ 200 ਰੁਪਏ ਦੇ ਵਿੱਚ ਵੀਰੋ ਬਹੁਤ ਵਧੀਆ ਚੀਜ਼ ਮਿਲ ਰਹੀ ਹੈਗੀ ਤੇ ਬਾਕੀ ਆਪਣੀ ਕਿਸਮਤ ਆ ਹੋ ਸਕਦਾ ਫੀਮੇਲ ਆ ਜਾਣ ਬੱਚੇ ਤੇ ਇਹਦੇ ਨਾਲ ਆਪਣਾ ਬੈਨੀਫਿਟ ਵੀ ਮਿਲੂਗਾ ਤੇ ਵੀਰੋ ਇਹ ਤੁਸੀਂ گاਵਾਂ ਦੇ ਜ਼ਿਆਦਾ ਲਗਵਾਇਓ ਹੀਫਰਾਂ ਦੇ ਨਾਲ ਲਗਵਾਇਓ ਕਿਉਂਕਿ ਇਹਦੇ ਵਿੱਚ ਮੇਲ ਆਉਣ ਦੇ ਚਾਂਸ ਵੀ ਨੇਗੇ ਮੈਂ ਜਿੱਦਾਂ ਤੁਹਾਨੂੰ ਦੱਸਿਆ 40% ਤੇ ਹਮੇਸ਼ਾ ਜਿਹੜੀਆਂ ਆਪਣੀਆਂ ਹੀਫਰਾਂ ਹੁੰਦੀਆਂ ਨੇਗੀਆਂ ਉਹਦੇ ਦਾ ਆਪਾਂ ਨੂੰ ਮਤਲਬ ਜਿਹੜਾ ਹੈਗਾਗਾ ਪੂਰੀ ਸ਼ੌਰਟੀ ਵਾਲਾ ਸਿਮਨ ਲਗਾਉਣਾ ਚਾਹੀਦਾ ਵੀ ਫੀਮੇਲ ਹੀ ਆਉ 100% ਤੇ ਤੁਸੀਂ ਡਾਇਰੈਕਟ ਟੀਵੀਟਰ ਤੋਂ ਲੈ ਕੇ ਉਹ ਇਦਾਂ ਪ੍ਰਭਾਯੋ ਹੀਫਰਾਂ ਦੇ ਮੈਂ ਰეკਮੈਂਡ ਸਾਨੂੰ ਇਹੀ ਕਰੂੰਗਾ ਬਾਕੀ ਤੁਸੀਂ ਜੇ ਇੱਕ ਅੱਧੀ ਹੀਫਰ ਦੇ ਲਗਵਾਉਣਾ ਲਗਵਾ ਸਕਦੇ ਹੋਗੇ ਪਰ ਸਾਰੀਆਂ ਜਿਹੜੀਆਂ ਆਪਣੀਆਂ ਹੀਫਰਾਂ ਨੇ ਉਹਨਾਂ ਦੇ ਇਹ ਸਿਮਨ ਨਾ ਯੂਜ਼ ਕਰਿਓ ਸਿਰਫ ਗਾਵਾਂਾਂ ਦੇ ਯੂਜ਼ ਕਰਿਓ ਤੋਂ ਤੁਸੀਂ ਇਹ ਜਿਹੜੇ ਜਿਹੜੇ ਆਪਦੇ ਮਤਲਬ ਸਰਕਾਰੀ ਹਸਪਤਾਲ ਨੇਗੇ ਉੱਥੇ ਗੱਲ ਕਰੋ ਹਰੇਕ ਹਸਪਤਾਲ ਦੇ ਵਿੱਚ ਸਿਮਨ ਅਵੇਲੇਬਲ ਆਗਾ ਤੇ ਤੁਸੀਂ ਲਗਵਾ ਸਕਦੇ ਹੋਗੇ ਬਾਕੀ ਜਿਹੜਾ ਸਟਰੋ ਆਗਾ ਉਹ ਤੁਸੀਂ ਕੱਟ ਕੇ ਆਪਦੇ ਕੋਲ ਰੱਖਿਆ ਕਰੋ ਮਤਲਬ ਉਹ ਹੋ ਇਹ ਨਹੀਂ ਹੈਗਾ ਵੀ ਆਪਾਂ ਛੁੱਟ ਤਾਂ ਤੁਸੀਂ ਉਹ ਰੱਖਿਆ ਕਰੋ ਆਪਦੇ ਕੋਲ ਉਹਦੇ ਉੱਤੇ ਪੜਿਆ ਕਰੋ ਵੀ ਕੀ ਲਿਖਿਆ ਹੋਇਆ ਹੈਗਾ ਸੀਰੀਅਲ ਨੰਬਰ ਜੋ ਵੀ ਹੁੰਦਾ ਹੈਗਾ ਉਹਨੂੰ ਗੂਗਲ ਤੇ ਪਾ ਕੇ ਸਰਚ ਕਰਿਆ ਕਰੋ ਜੇ ਉਹ ਮੈਚ ਕਰਦਾਗਾ ਤਾਂ ਉਹ ਇਟ ਮੀਨਸ ਵੀ ਸਹੀ ਹੈਗਾ ਤੇ ਪਿਛਲੀ ਵੀਡੀਓ ਦੇ ਵਿੱਚ ਜਿੱਦਾਂ ਵੀਰ ਕਈ ਪੁੱਛ ਰਹੇ ਸੀਗੇ ਕਿ ਇਹ ਕੀ ਸਟਰਾ ਦਾ ਨਾਮ ਦੱਸੋ ਵੀ ਸਾਨੂੰ ਸਾਰਾ ਮਤਲਬ ਪੂਰਾ ਵੀ ਜਾਣਕਾਰੀ ਦਵੋ ਇਹ ਕਿਹੜੇ-ਕਿਹੜੇ ਸਿਮ ਨਾਉਂਦੇ ਨੇਗੇ ਤੇ ਭਰਾ ਉਹ ਉਸੇ ਕਰਕੇ ਆਪਾਂ ਤੁਹਾਨੂੰ ਸਾਰਾ ਦੱਸ ਰਹਾਂਗੇ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਪ੍ਰਾਈਸ ਵੀ ਸਾਰਾ ਦੱਸਤਾ ਤੇ ਵੀਰੋ ਐਦਾ ਤੁਸੀਂ ਟਰਾਈ ਜਰੂਰ ਕਰਿਆ ਕਰੋ ਮਤਲਬ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੇ 2000 ਰੁਪਏ ਖਰਚਣਾਗਾ ਤੇ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆ ਵਿੱਚ ਮੇਰੇ ਕੋਲ ਵੀਰੋ ਜਿੰਮੈਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਸਰਕਾਰੀ ਬੱਚੇ ਵੀ ਨੇਗੇ ਆਪਾਂ ਸਰਕਾਰੀ ਕੈਦਰ ਨੇ ਆ ਪਰ ਉਹ ਵੀ ਇੱਕ ਰਿਕਾਰਡ ਵਾਲੇ ਹੁੰਦੇ ਨੇਗੇ ਬਹੁਤ ਚੰਗੇ ਹੁੰਦੇ ਨੇਗੇ ਪਰ ਆਪਾਂ ਕਿਤੇ ਨਾ ਕਿਤੇ ਡਰ ਜਾਂਦੇ ਆ ਵੀ ਪਤ ਨਹੀਂ ਕੀ ਰਿਕਾਰਡ ਹੋਊਗਾ ਜਿਹੜੇ ਚੰਗੇ ਡਾਕਟਰ ਨੇਗੇ ਚੰਗੇ ਮਤਲਬ ਇਹ ਫੀਲਡ ਦੇ ਵਿੱਚ ਕੰਮ ਕਰਦੇ ਨੇ ਭਰਾ ਉਹ ਬਹੁਤ ਵਧੀਆ ਸਟਰੌ ਰੱਖਦੇ ਨੇਗੇ ਬਹੁਤ ਵਧੀਆ ਉਹਨਾਂ ਦੇ ਰਿਜ਼ਲਟ ਆਉਂਦੇ ਨੇਗੇ ਤੇ ਜਿਹੜੀ ਪ੍ਰਾਈਜ਼ ਆ ਗਈ ਉਹ ਵੀ ਬਹੁਤ ਘੱਟ ਹੁੰਦਾਗਾ ਤੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਨੂੰ ਵੀ ਮਹਿੰਗੇ ਸਿਮਨ ਲੈਣੇ ਨੇ ਤਾਂ ਹੀ ਐਨੀਮਲ ਦੁੱਧ ਦੇਊਗਾ ਐਵੇਂ ਦਾ ਵੀ ਉਹ ਆਪਣੇ ਕੋਲ ਤੁਸੀਂ ਇਹ ਲਾ ਲਓ ਵੀ ਕੁਝ ਬੱਚੇ ਇਹੋ ਜਿਹੇ ਨੇਗੇ ਜਿਹੜੇ ਇੰਪੋਰਟੈਂਟ ਨੇਗੇ ਉਹ ਦੁੱਧ ਪਹਿਲੇ ਸੂਏ ਘੱਟ ਦੇ ਰਹੇ ਨੇਗੇ ਜਿਹੜੇ ਆਪਾਂ ਮਤਲਬ ਨਾਰਮਲ ਸਿਮਨ ਨੇਗੇ ਉਹ ਦੁੱਧ ਉਸ ਤੋਂ ਜ਼ਿਆਦਾ ਦੇ ਰਹੇ ਨੇਗੇ ਜਿਹੜਾ ਬੁੱਲ ਦਾ ਰਿਕਾਰਡ ਚੰਗਾ ਹੋਵੇ ਵੀ ਹਾਂ ਇਹਦਾ ਰਿਕਾਰਡ ਬਹੁਤ ਵਧੀਆ ਹੈਗਾ ਇਹ ਨਾ ਹੋਵੇ ਵੀ ਆਪ ਨੂੰ ਉਹਦਾ ਕੁਝ ਵੀ ਨਾ ਪਤਾ ਹੋਵੇ ਬਾਕੀ ਭਰਾਵੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰ ਵਾਰ ਇੱਕੋ ਸਿਮਨ ਚੱਲਦਾ ਜਿਵੇਂ ਇਸ ਵਾਰ ਰੋਡਿਓ ਚੱਲ ਰਿਹਾ ਹੈਗਾ ਹੋ ਸਕਦਾ ਅਗਲੀ ਵਾਰੀ ਕੋਈ ਹੋਰ ਸਿਮਨ ਪਰਚੇ ਪਰ ਆਪਾਂ ਮਤਲਬ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤੁਸੀਂ ਇਹ ਮਤਲਬ ਚੀਜ਼ਾਂ ਦਾ ਜਰੂਰ ਲਾਭ ਲਿਆ ਕਰੋ ਤੇ ਭਰਾਵੋ ਜਿਹੜੀ ਇਹ ਆਪਾਂ ਸਿਮੰਟ ਦੀ ਤੁਹਾਨੂੰ ਜਾਣਕਾਰੀ ਦਿੱਤੀ ਹੈਗੀ ਮੈਂ ਤੁਹਾਨੂੰ ਇਹਦੇ ਬਾਰੇ ਥੋੜਾ ਜਿਹਾ ਦੱਸਦਾ ਵੀ ਇਹ ਇਹ ਨਹੀਂ ਹੈਗਾ ਵੀ ਆਪਾਂ ਸਾਰੀਆਂ گاਵਾਂ ਜਾਂ ਹੀਫਰਾਂ ਦੇ ਇਹ ਲਗਵਾਉਣਾਗਾ ਐਦਾਂ ਤੁਸੀਂ ਨਹੀਂ ਕਰਨਾ ਹੈਗਾ ਕਿਉਂਕਿ ਹੀਫਰਾਂ ਦੇ ਤੁਸੀਂ ਜੇ ਆਪਾਂ ਲਵੇ ਪੰਜ-ਸੱਤ ਹੀਫਰਾਂ ਨੇਗੀਆਂ ਇੱਕ-ਦੋ ਦੇ ਟਰਾਈ ਕਰ ਲਿਓ ਜਿਵੇਂ گاਵਾਂ ਨੇਗੀਆਂ گاਵਾਂ ਵੀ ਤੁਸੀਂ ਸਿਲੈਕਟ ਕਰ ਲਿਓ ਬੀਐਨਏ ਦੀ ਕਨਸੀਵ ਰੇਟ ਵਧੀ ਹੈਗੀ ਕਿਉਂਕਿ ਇਹ ਸੈਕਟਰੀ ਮਨ ਦੇ ਵਿੱਚ ਆਉਂਦਾਗਾ ਜੀ ਕਨਸੀਵ ਰੇਟ ਹੁੰਦੀ ਹੈਗੀ ਘਟਾ ਉਹ ਇਹ ਜਿਹੜੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਆਂਗਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਆਪਾਂ ਨੇ ਲੈਪੇ 10 15 ਐਨੀਮਲ ਨੇ ਵੀ 200 ਰੁਪਏ ਦਾ ਸਟਰਾ ਵੀ ਚਲੋ ਆਪਾਂ ਸਾਰੇ ਹੀ ਲਗਵਾਈਏ ਇਸ ਤਰ੍ਹਾਂ ਦਾ ਨਾ ਤਾਂ ਦੇਖੋ ਰਿਜ਼ਲਟ ਮਿਲਣਾਗਾ ਨਾ ਹੀ ਐਦਾਂ ਕਰਨਾਗਾ ਵੀ ਇਹਦੇ ਵਿੱਚ ਇਹ ਹੋ ਜਾਊਗਾ ਵੀ ਜੇ ਆਪਾਂ ਦੇ ਕੋਲ 10 15 ਐਨੀਮਲ ਲੇਗੇ ਤਾਂ ਆਪਣਾ ਮਤਲਬ 3 4 ਐਨੀਮਲਾਂ ਦਾ ਫਾਇਦਾ ਹੋ ਜਾਊਗਾ ਇਹਦੇ ਵਿੱਚ ਤੇ ਰੇਟ ਵੀ ਘਟਾਗਾ ਤੁਸੀਂ ਸਿਲੇਕਟਡ ਐਨੀਮਲ ਨੇ ਜਿਹੜੇ ਆਪਣੇ ਮੇਨ ਵੀ ਚੰਗੇ ਨੇ ਕੰਸੀਵ ਰੇਟ ਉਹਨਾਂ ਦੀ ਚੰਗੀ ਹੈਗੀ ਤੁਸੀਂ ਉਹਨਾਂ ਦੇ ਹੀ ਯੂਜ਼ ਕਰਨਾਗਾ ਕਿਉਂਕਿ ਵਿੱਚ ਕਈ ਵਾਰੀ ਕੀ ਹੁੰਦਾਗਾ ਵੀ ਚਲੋ ਆਪਾਂ ਸੋਚ ਲੈਂਦੇ ਆ ਵੀ 200 ਰੁਪਏ ਦਾ ਸਟਰਾ ਹੋਗਾ ਆਪਾਂ ਸਾਰਿਆਂ ਦੇ ਲਗਵਾ ਲਈਏ ਸੈਕਟ ਸੀਮਨ ਹੋਣ ਕਰਕੇ ਵੀ ਉਹ ਸਾਰਾ 100% ਦਾ ਰਿਜ਼ਲਟ ਜਿਹੜਾ ਨਹੀਂ ਮਿਲਣਾ ਹੈਗਾ ਕਿ ਫਰਾਂ ਦੇ ਲਗਵਾਇਓ ਬਾਕੀ ਆਪਣੀਆਂ گاਵਾਂ ਜਿਹੜੀਆਂ ਸਿਲੈਕਟਡ ਨੇ ਉਹ ਲਗਵਾਇਓ ਜੇ ਇੱਕ ਵਾਰ ਰਿਪੀਟ ਹੋ ਗਈਆਂ ਮੰਨ ਲਓ ਆ ਮੰਨ ਲਓ ਆਪਾਂ ਨੇ ਦੋ گاਵਾਂ ਦੇ ਭਰਾਏ ਦੋ ਰਿਪੀਟ ਹੋ ਗਈਆਂ ਦੁਬਾਰਾ ਟਰਾਈ ਨਾ ਕਰਿਓ ਤੂੰ ਕਿਸੇ ਹੋਰ ਐਨੀਮਲ ਦੇ ਤੁਸੀਂ ਇਹ ਟਰਾਈ ਕਰ ਲਿਓ ਜਦੋਂ ਇੱਕ ਦੋ ਆਪਣੀ ਕਨਸੀਵ ਹੋ ਗਈਆਂ ਤਾਂ ਬਾਕੀ ਜਿਹੜੇ ਸਿਮਨ ਨੇਗੇ ਹੋਰ ਤੁਸੀਂ ਯੂਜ਼ ਕਰਿਓ ਬਾਕੀ ਪ੍ਰਾਬੋ ਆਪਾਂ ਇੱਕ ਵੀਰਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੈਗੀ ਕਹਿੰਦੇ ਵੀ ਸਾਡੀਆਂ ਜਿਹੜੀਆਂ گاਵਾਂ ਨੇਗੀਆਂ ਵੀ ਉਹ ਜਿਹੜਾ ਸੈਲ ਜਾਗਾ ਘਟ ਖਾਰੀਆਂ ਨੇਗੀਆਂ ਤੇ ਉਹ ਕੀ ਕਾਰਨ ਆ ਫਿਰ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਵੀ ਉਹ ਕਿਉਂ ਨਹੀਂ ਖਾ ਰਹੀਆਂ ਹੈਗੀਆਂ ਤੇ ਬਾਕੀ ਕੁਝ ਵੀਰੇ ਇਹ ਪੁੱਛ ਰਹੇ ਨੇ ਵੀ ਜਿਹੜੀਆਂ ਮਤਲਬ ਜੇ ਆਪਣੇ ਬੱਚੇ ਨੇ ਕਾਫਣੇਗੇ ਇਹ ਫੀਡ ਨਹੀਂ ਖਾ ਰਹੇ ਹੈਗੇ ਬਿਲਕੁਲ ਵੀ ਤੇ ਵੀ ਕਿੰਨੇ ਦਿਨਾਂ ਤਿੰਨਾਂ ਨੂੰ ਜਿਹੜੀ ਫੀਡ ਆ ਕੀ ਦੇਣੀ ਚਾਹੀਦੀ ਹੈਗੀ ਕਿੰਨਾ ਟਾਈਮ ਦੁੱਧ ਪਿਲਾਉਣਾ ਚਾਹੀਦਾ ਤਾਂ ਜੋ ਉਹਨਾਂ ਦੀ ਗਰੋਥ ਆ ਜਿਹੜੀ ਚੰਗੀ ਹੋਵੇ ਤੇ ਉਹ ਵੀ ਆਪਾਂ ਤੁਹਾਨੂੰ ਵੀਰੋ ਮਤਲਬ ਜਾਣਕਾਰੀ ਦਵਾਂਗੇ ਅਗਲੀ ਵੀਡੀਓ ਦੇ ਵਿੱਚ ਬਣਾਵਾਂਗੇ ਕਿਉਂਕਿ ਜਿਵੇਂ ਮੰਨ ਲਓ ਜਿੰਨੇ ਆਪਣੇ ਇਹ ਬੱਚੇ ਬੈਠੇ ਨੇ ਸਾਰੇ ਇਹਨਾਂ ਨੂੰ ਆਪਾਂ ਕਿਸੇ ਨੂੰ ਵੀ ਨਾ ਤੂੜੀ ਨਾ ਕੋਈ ਅਚਾਰ ਨਾ ਕੋਈ ਹਰਾਚਾਰਾ ਕੁਝ ਨਹੀਂ ਚੱਲ ਰਿਹਾ ਸਿਰਫ ਇਹਨਾਂ ਦੀ ਫੀਡ ਤੇ ਦੁੱਧ ਚ ਤੇ ਉਹਦੇ ਕਾਰਨ ਵੀ ਰੋ ਜਿਹੜੀ ਇਹਨਾਂ ਦੀ ਸ਼ਾਈਨਿੰਗ ਆ ਗਈ ਬਹੁਤ ਵਧੀਆ ਗਈ ਤੇ ਬਹੁਤ ਸੋਹਣੀ ਗਰੋਥ ਆ ਗਈ ਤੇ ਇਹੀ ਵੀਰੋ ਜੇ 3-4 ਮਹੀਨੇ ਆਪਾਂ ਸੰਭਾਲਾਂਗੇ ਤਾਂ ਸਮਝ ਲਓ ਆਪਣਾ ਜਿਹੜਾ ਡੈਰੀ ਫਾਰਮ ਆ ਕਾਮਯਾਬਾ ਜੇ ਆਪਾਂ ਇਹ 4 ਮਹੀਨੇ ਨਹੀਂ ਸੰਭਾਲੇ ਹੈਗੇ ਵੀਰੋ ਤਾਂ ਜਿਹੜਾ ਆਪਣਾ ਡੈਰੀ ਫਾਰਮ ਆ ਉਹ ਨਹੀਂ ਕਾਮਯਾਬ ਹੁੰਦਾ ਕਿਉਂਕਿ ਇਹਨਾਂ ਦੇ ਸਿਰਤੀ ਆਗਾ ਸਾਰਾ ਕੁਝ ਇਹੀ ਆਪਣੀ ਜਾੜ ਆ ਗਈ ਹੁਣ ਪਰ ਆਪੋ ਜਿਸ ਤਰ੍ਹਾਂ ਥੋੜੀ ਜੀ ਆਪਾਂ ਤੋਂ ਇੱਕ ਕਮੀ ਰਹੀ ਹੋਈ ਹੈਗੀ ਜਿਹੜੀਆਂ ਆਪਣੀਆਂ ਹੀਫਰਾਂ ਨੇ ਹੈਗੀਆਂ ਤੇ ਇਹਨਾਂ ਦੀ ਮਤਲਬ ਪਹਿਲਾਂ ਸ਼ੁਰੂ ਤੋਂ ਟਾਈਮ ਤੇ ਚੰਗੀ ਸੇਵਾ ਨਹੀਂ ਹੋਈ ਹੈਗੀ ਤੇ ਉਦੋਂ ਕਿਸੇ ਕਾਰਨ ਕਰਕੇ ਚਲੋ ਨਹੀਂ ਆਪਾਂ ਇਹਨਾਂ ਵੱਲ ਮਤਲਬ ਉਹਨਾਂ ਧਿਆਨ ਦਿੱਤਾ ਹੈਗਾ ਇਹ ਸਾਰੇ ਆਪਣੇ ਮਤਲਬ ਹੈਗੇ ਨੇ 17 18 ਬੱਚੇ ਨੇਗੇ ਤੇ ਉਹਦੇ ਕਾਰਨ ਵੀ ਉਹ ਨਹੀਂ ਕਰਦੇ ਕਰਦੇ 4 ਮਹੀਨੇ ਮਤਲਬ ਆਪਾਂ ਕਹਿ ਸਕਦੇ ਆਂਗੇ ਵੀ ਪਿੱਛੇ ਆਂਗੇ ਮਤਲਬ 4 ਮਹੀਨੇ ਆਪਾਂ ਪਿੱਛੇ ਆਂਗੇ ਪਰ ਔਕਾਸੇ ਉਹ ਸਾਂਭ ਲਿਆ ਮਤਲਬ ਹਜੇ ਵੀ ਜਿਹੜੀ ਗਰੋਥ ਆ ਗਈ ਆਪਾਂ ਚੰਗੀ ਲੈ ਲਈ ਵੀ ਚਲੋ 13 14 ਮਹੀਨੇ ਦੇ ਵਿੱਚ ਨਹੀਂ ਕਰਵਾ ਸਕਦੇ ਇਹਨਾਂ ਦੀ ਏਜ ਦੇ ਹਿਸਾਬ ਨਾਲ ਉਹ 17 18 ਮਹੀਨੇ ਤੇ ਜਾਊਗੀ ਤੇ ਬਟ ਇਹ ਆ ਵੀ ਇੱਕ ਆਪਾਂ ਇੱਕ ਚੀਜ਼ ਇਹ ਜ਼ਰੂਰ ਸਿੱਖ ਲਈ ਵੀ ਹਾਂ ਵੀ ਬੱਚਿਆਂ ਦੀ ਪਹਿਲੇ 4 ਮਹੀਨੇ ਜ਼ਰੂਰ ਚੰਗੀ ਸੇਵਾ ਕਰੋ ਫਿਰ ਉਸ ਤੋਂ ਬਾਅਦ ਜੇ ਤੁਸੀਂ ਕਟਵਾ ਦੋਗੇ ਤਾਂ ਉਹਨਾਂ ਦੀ ਗਰੋਥ ਨਹੀਂ ਰੁਕਦੀ ਹੈਗੀ ਤੇ ਸਾਰਾ ਫੰਡਾ ਹੈਗਾ ਪਹਿਲੇ 4 ਮਹੀਨਿਆਂ ਦਾ ਵੀਰ ਬੱਚਿਆਂ ਵਾਂਗ ਇਹਨੂੰ ਪਹਿਲੇ 4 ਮਹੀਨੇ ਸੰਭ ਲੈਣਗੇ ਵੀ ਜਿਵੇਂ ਬੱਚਾ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਵੀ ਫੀਡ ਇਹ ਡੋਲ ਦੇ ਵੀ ਬਹੁਤ ਨੇ ਖਰਾਬ ਵੀ ਬਹੁਤ ਕਰਦੇ ਨੇਗੇ ਵੀ ਉੱਥੇ ਇਹ ਨਹੀਂ ਸੋਚਣਾ ਹੈਗਾ ਵੀ ਇਹਦਾ ਖਾਂਦੇ ਨੇਗੇ ਯਾਰ ਪਰਾਂ ਛੱਡੋ ਇਹਨੂੰ ਕੀ ਰੱਖਾਂਗੇ ਇਹ ਚੀਜ਼ ਨਹੀਂ ਕਰਨੀ ਹੈਗੀ ਬਸ ਬੱਚਿਆਂ ਵਾਂਗ ਰੱਖਣਾ ਹੈਗਾ ਆਪਾਂ ਇਹਨਾਂ ਨੂੰ ਫਿਰ ਆਪਾਂ ਕੰਮ ਜਾਵਾਂਗੇ ਤੇ ਇਦਰੋਂ ਹੁਣ ਆਪਾਂ 4 ਹੀ ਫਰਾਂ ਨੇ ਜਿਹੜੀਆਂ ਉਹ ਬਹੁਤ ਵੱਡ ਪਰ ਉਹਨਾਂ ਦੇ ਜਿਹੜੀਆਂ ਗਰਦਨਾਂ ਲੱਗੀਆਂ ਇਹਦੇ ਵਿੱਚ ਫਸਣ ਲੱਗੀਆਂ ਤੇ ਉਹਦੇ ਕਾਰਨ ਅੱਖਾਂ ਦੇ ਸਵੇਲਿੰਗ ਆਉਣ ਲੱਗੀ ਤੇ ਹੁਣ ਆਪਾਂ ਇਹਨਾਂ ਨੂੰ ਵੱਡੇ ਫਾਰਮ ਦੇ ਵਿੱਚ ਉਧਰ ਸ਼ਿਫਟ ਕਰਾਂਗੇ ਤੇ ਉਧਰ ਵੀਰੋ ਆਪਾਂ 4 ਹੀਫਰਾ ਰੱਖ ਸਕਦੇ ਹਾਂਗੇ 4 ਦੀ ਸਪੇਸ ਹੈਗੀ ਹੈਗੀ ਤੇ ਇੱਧਰ ਵੀਰੋ ਆਪਾਂ ਹੁਣ ਆਪਣੀਆਂ ਜਿਹੜੀਆਂ ਦੋ ਮਤਲਬ ਕਾਫ ਬੱਚੇ ਨੇਗੇ ਛੋਟੇ ਬੱਚੇ ਨੇਗੇ ਉਹਨਾਂ ਦੀ ਗਰੋਥ ਚੰਗੀ ਹੋ ਚੁੱਕੀ ਹੈਗੀ ਉਹਨਾਂ ਨੂੰ ਇੱਧਰ ਸ਼ਿਫਟ ਕਰਾਂਗੇ ਤੇ ਹੁਣ ਇੱਥੋਂ ਆਪਾਂ 4 ਉਧਰ ਲੈ ਕੇ ਜਾਵਾਂਗੇ ਤੇ ਕਿਸਾਨ ਵੀਰੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ ਤੇ ਆਪਣੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਰੋ ਹੋਰ ਵੀ ਮਤਲਬ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਤਾਂ ਤੁਸੀਂ ਕਮੈਂਟ ਕਰ ਦਿਆ ਕਰੋ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਜੋ ਵੀਰਾਂ ਨੂੰ ਪ੍ਰੋਬਲਮ ਆ ਰਹੀ ਹੈਗੀ ਵੀ ਉਹਦਾ ਆਪਾਂ ਹੱਲ ਜਿਹੜਾ ਸਹੀ ਤਰੀਕੇ ਨਾਲ ਦੱਸ ਸਕੀਏ ਤੇ ਬਾਕੀ ਭਰਾਵੋ ਮਿਲਾਂਗੇ ਆਪਾਂ ਕੋਈ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ ਉਦੋਂ ਤੱਕ ਲਈ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ